ਪਾਰਟੀ ਐਸੋਸੀਏਸ਼ਨ ਦਾ ਮੈਂਬਰ ਹੋਊਗਾ ਉਹ ਸਾਡੀ ਐਸੋਸੀਏਸ਼ਨ ਦੇ ਸੰਵਿਧਾਨ ਦੇ ਮੁਤਾਬਕ ਚੱਲੂਗਾ ਸੋ ਅਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਅੱਜ ਜਨਮ ਦਿਨ ਸੰਤ ਬਹਾਦਰ ਸਿੰਘ ਕਾਲਜ ਸੰਦੌੜ ਵਿਖੇ ਮਨਾਇਆ ਉਸ ਤੋਂ ਬਾਅਦ ਅਸੀਂ ਸਹੁੰ ਖਾਧੀ ਆ ਤੇ ਆਪਣੇ ਆਪਣੇ ਮਹੱਲਿਆਂ ਜਿੱਥੇ ਅਸੀਂ ਕੰਮ ਕਰਦੇ ਹਾਂ ਤੇ ਨਸ਼ੇ ਵਾਲੇ ਤੇ ਜੋ ਕਾਰੋਬਾਰ ਕਰਨ ਵਾਲੇ ਉਹਨਾਂ ਦਾ ਅਸੀਂ ਸਾਥ ਨਹੀਂ ਦੇਣਾ ਉਹਨਾਂ ਦੇ ਅਸੀਂ ਵਿਰੁੱਧ ਡਟ ਕੇ ਆਵਾਜ਼ ਉਠਾਵਾਂਗੇ ਇਨਕਲਾਬ ਜਿੰਦਾਬਾਦ ਪੇਂਡੂ ਡਾਕਟਰਾਂ ਦਾ ਇਨਕਲਾਬ ਜਿੰਦਾਬਾਦ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਪੰਜਾਬ ਜਿੰਦਾਬਾਦ मेडिकल प्रैक्टिस एसोसिएशन पंजाब जिंदाबाद नशा पंजाब च रहन नहीं देना नशा बेचने वाली सरकार मुर्दाबाद नशे के तस्कर मुर्दाबाद नशा बेचने वाली सरकार मुर्दाबाद नशा पंजाब च रहन नहीं देना सरकार मुर्दाबाद पेंडू डाक्टर का एक जिंदाबाद ਭਰਾਤਰ ਜਥੇਬੰਦੀਆਂ ਦਾ ਇੱਕ ਜਿੰਦਾਬਾਦ ਨਾ ਵਿੱਚ ਨਾਲੀਆਂ ਕਾਲੀਆਂ ਭੇਟਾਂ ਮੁਰਦਾਬਾਦ ਨਸ਼ਾ ਵਿੱਚ ਨਾਲੀਆਂ ਨੇ ਮਦਦ ਕਰਨ ਵਾਲੀਆਂ ਸਰਕਾਰਾਂ ਦੋਵੇਂ ਮੁਰਦਾਬਾਦ ਜਿੰਦਾਬਾਦ हाँ जी मेडिकल प्रैक्टिस एसोसीएशन पंजाब जिला मरेकोला संगरूर अज जो नशियां दा दरिया चल रहा पंजाब दे विच संबंध मेडिकल प्रैक्टिस एसोसीएशन ब्लाक अहमदगढ़ ते मरेकोला जिला मरेकोले ने तहैया कीता भी असी नशे दे खिलाफ जो मुहिम बढ़ी है सारे नूं मूहरे होकर रोल अदा करांगे अज रैली दा साडा यही मकसद सीगा भी जो इत्थों दीआं माड़ियां सरकारां ने चाहे सेंटर दी है चाहे पंजाब दी है ਇਹ ਪਿੰਡਾਂ ਵਾਲੇ ਆਰ ਐਮ ਪੀ ਡਾਕਟਰਾਂ ਨੂੰ ਕਹਿੰਦੇ ਨੇ ਨਸ਼ਾ ਵੇਚਦਾ ਪਹਿਲੀ ਤਾਂ ਗੱਲ ਅਸੀਂ ਕਿਸੇ ਮੈਂਬਰ ਨੂੰ ਆਪਦਾ ਮੈਂਬਰ ਨਹੀਂ ਬਣਾਉਂਦੇ ਸਾਥੀ ਦਾ ਕਾਲੀਆਂ ਭੇਟਾਂ ਵਿੱਚ ਹੀ ਹੁੰਦੀਆਂ ਨੇ ਜਿਹੜਾ ਨਸ਼ਾ ਵੇਚਦਾ ਹੋਊ ਅਸੀਂ ਉਹਦੇ ਆਪ ਪਰਚੇ ਦਰਜ ਕਰਾਉਂਦੇ ਹਾਂ ਦੂਸਰੀ ਗੱਲ ਇਹ ਹੈ ਵੀ ਅਸੀਂ ਪੂਰਜ਼ੋਰ ਸਰਕਾਰਾਂ ਨੂੰ ਕਹਿੰਦੇ ਹਾਂ ਵੀ ਨਸ਼ੇ ਦੇ ਤਰੀਕੇ ਨਾਲ ਅੱਡੋ ਅੱਡ ਇਲਾਜ ਕਰੋ ਇਹ ਪ੍ਰਚਾਰ ਨਾਲ ਨਹੀਂ ਹੋਣਾ ਅਸੀਂ ਇੱਕ ਡੋਜ਼ ਆਧਾਰ ਕਾਰਡ 'ਤੇ ਪਹਿਲਾਂ ਇੱਕ ਗੋਲੀ ਮਿਲਦੀ ਸੀ ਹੁਣ 10 ਮਿਲ ਜਾਂਦੀਆਂ ਨੇ ਇੱਕ ਪਰਿਵਾਰ ਦੇ 3 ਆਧਾਰ ਕਾਰਡ ਨੇ 30 ਗੋਲੀਆਂ ਲੈ ਆਉਂਦੇ ਨੇ ਇਹਨਾਂ ਕੋਲ ਡਿਟੇਲ ਨਹੀਂ ਆਧਾਰ ਕਾਰਡ ਸੂਚੀ ਕੱਢ ਲੈਣ ਹਰ ਇੱਕ ਹਲਕੇ 'ਚ ਹਰ ਇੱਕ ਛੋਟੇ ਵੱਡੇ ਕਸਬੇ ਦੇ ਵਿੱਚ ਐਮ ਬੀ ਬੀ ਐਸ ਡਾਕਟਰ ਬਿਠਾ ਕੇ ਉਹ ਗੋਲੀ ਦੀ ਡੋਜ਼ ਨੂੰ ਮਹੀਨੇ 20 ਦਿਨਾਂ ਬਾਅਦ ਸੈੱਟ ਕਰਨਾ ਚਾਹੀਦਾ ਇਹ ਨਸ਼ਾ ਜਿਹੜਾ ਤਾਂ ਕੰਟਰੋਲ 'ਚ ਹੋਊਗਾ ਇਹ ਪ੍ਰਚਾਰ ਕਰਨ ਨਾਲ ਨਹੀਂ ਆਉਣਾ ਅਸੀਂ ਅੱਜ ਤੋਂ ਤਹੀਆ ਕਰਦੇ ਹਾਂ ਵੀ ਜੋ ਵੀ ਮੈਡੀਕਲ ਪ੍ਰੈਕਟੀਸ਼ਨਰ ਨਸ਼ਾ ਵੇਚੂਗਾ ਉਹਦੇ ਖਿਲਾਫ਼ ਡਟ ਕੇ ਉਹਦਾ ਵਿਰੋਧ ਕਰੂ ਜੇਲ੍ਹਾਂ 'ਚ ਢਾਉਣ ਦੀ ਗੱਲ ਕਰੂਗਾ ਹੁਣ ਮੈਂ ਬੇਨਤੀ ਕਰਦਾ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਬਲਜਿੰਦਰ ਸਿੰਘ ਚੱਕ ਪਿੰਡਾਂ ਵਿੱਚ ਡਾਕਟਰੀਆਂ ਕੰਮ ਕਰਦੇ ਵਾਲਿਆਂ ਨੂੰ ਜੋੜਾ ਕਰਨ ਲਈ ਸਰਕਾਰ ਹੈ ਮੁੱਢੋ ਨਾਲ ਸ਼ਹੀਦ ਸੋਨੂ ਨਾਲ ਸਲਾਮ ਚੰਨ ਚੰਨ ਤੇਰੀ ਸੋਤੇ ਚੰਨ ਤੇਰੀ ਸੋਤੇ ਐਮ ਪੀ ਏ ਦੀ ਬਲਾ ਤੋਂ ਨਗਮ ਲੈ ਪੋਗਲਾ ਕਿੰਦੇ ਦੇ मेडिकल प्रैक्टिस एसोसिएशन पंजाब जिंदाबाद लोकतर एकता जिंदाबाद इनकलाब जिंदाबाद शहीद भगत सिंह अमर रहे ਸ਼ਹੀਦ ਭਗਤ ਸਿੰਘ ਅਮਰ ਰਹੇ ਸ਼ਹੀਦ ਸੋਨੂ ਨਾਲ ਸਲਾਮ ਐਮ ਪੀ ਐਪੀ ਜਿੰਦਾਬਾਦ ਐਮ ਪੀ ਐਪੀ ਜਿੰਦਾਬਾਦ
ਅੱਜ ਸ਼ਹੀਦ ਆਦਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨਸ਼ਿਆਂ ਦੇ ਖਿਲਾਫ ਟੱਡੀ ਦੀ ਰੈਲੀ ਵਿੱਚ ਬਲਾਕ ਪੈਂਟਵੜੇ ਤੋਂ ਬਲਾਕ ਫਰੀਦਕੋਟਲਾ ਦੇ ਪਿੰਡਾਂ ਦੇ ਸ਼ਹਿਰਾਂ ਵਿੱਚ ਆਏ ਮੈਡੀਕਲ ਪ੍ਰੈਕਟੀਸ਼ਨਰ ਦਾ ਮੈਡੀਕਲ ਪ੍ਰੈਕਟੀਸ਼ਨਰ ਨੇ ਜ਼ਿਲ੍ਹਾ ਫਰੀਦਕੋਟਲਾ ਵੱਲੋਂ ਐਮਵਰ ਬਲਾਕ ਵੱਲੋਂ ਜੀਆਈਆਰ ਦਾ ਬਹੁਤ ਬਹੁਤ ਧੰਨਵਾਦ ਸਾਡਾ ਸਹਿਯੋਗ ਦਿੱਤਾ। ਹਾਂਜੀ ਪ੍ਰਧਾਨ ਜੀ, ਅੱਜ ਅਸੀਂ ਮੈਡੀਕਲ ਪ੍ਰੈਕਟੀਸ਼ਨਰ ਦਾ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮਲੇਰਕੋਟਲਾ ਬਲਾਕ ਅਹਿਮਦਗੜ੍ਹ ਅਤੇ ਬਲਾਕ ਮਲੇਰਕੋਟਲਾ ਸੰਗਰੂਰ ਦੇ ਸਹਿਯੋਗ ਨਾਲ ਅਸੀਂ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਅਸੀਂ ਪੰਜਾਬ ਵੱਲੋਂ ਵਿੱਢੇ ਗਏ ਪ੍ਰੋਗਰਾਮ ਦੇ ਤਹਿਤ ਜੋ ਅੱਜ ਕੱਲ੍ਹ ਨਸ਼ਿਆਂ ਦਾ ਦਰਿਆ ਵਗਿਆ ਹੋਇਆ ਉਹਦੀ ਸੋਚ ਨੂੰ ਸਲਾਮ ਕਰਦੇ ਹੋਏ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਸਲਾਮ ਕਰਦੇ ਹੋਏ ਅੱਜ ਅਸੀਂ ਤੁਹਈਆ ਕਰਿਆ ਆਪਣੇ ਆਪਣੇ ਮੈਂਬਰਾਂ ਨੂੰ ਜਾਗਰੂਕ ਕਰਦੇ ਹੋਏ ਅਸੀਂ ਪਿੰਡਾਂ ਵਿੱਚ ਮਾਰਚ ਕੀਤਾ ਕਿ ਅਸੀਂ ਨਸ਼ੇ ਦੇ ਖਿਲਾਫ ਹਾਂ। ਅਸੀਂ ਜੋ ਵੀ ਸਾਡਾ ਕੋਈ ਮੈਡੀਕਲ ਪ੍ਰੈਗਨੈਂਟ ਨਸ਼ੇ ਦੇ ਕਾਰੋਬਾਰ ਵਿੱਚ ਸ਼ਮੂਲੀਅਤ ਕਰੂਗਾ ਤਾਂ ਅਸੀਂ ਉਹਦੇ 'ਤੇ ਡਟ ਕੇ ਕਾਰਵਾਈ ਕਰਾਂਗੇ, ਉਹਨੂੰ ਗ੍ਰਿਫਤਾਰ ਕਰਾਵਾਂਗੇ। ਜੋ ਆਉਣ ਵਾਲਾ ਟਾਈਮ ਆ ਸਾਡੇ ਜਿੰਨੇ ਮੈਡੀਕਲ ਪ੍ਰੈਗਨੈਂਟ ਨੂੰ ਅੱਜ ਇਕੱਠੇ ਹੋਏ ਨੇ ਉਹਨਾਂ ਨੂੰ ਅਸੀਂ ਇਹੀ ਸੁਨੇਹਾ ਦਿੱਤਾ ਵੀ ਸਰਦਾਰ ਭਗਤ ਸਿੰਘ ਦੀ ਸੋਚ 'ਤੇ ਚੱਲਦੇ ਹੋਏ ਇਹ ਨਸ਼ਿਆਂ ਦੇ ਖਿਲਾਫ ਆਪਾਂ ਡਟ ਕੇ ਇਹਦਾ ਵਿਰੋਧ ਕਰੀਏ। ਇਨਕਲਾਬ ਜਿੰਦਾਬਾਦ।